ਲੋ ਜੀ ਮਿੱਤਰੋ ਚੈੱਕ ਕਰੋ, ਇਹ ਹੈ ਜੀ ਕਸੌਲ। ਕਸੌਲ ਵੀ ਬਹੁਤ ਜ਼ਿਆਦਾ ਵਧੀਆ ਬਣਿਆ ਹੈ। ਬਾਕੀ ਪਾਣੀ ਵਗੈਰਾ, ਬਾਕੀ ਟੈਂਪਰੇਚਰ ਹੋ ਗਿਆ ਤੇ ਮਾਹੌਲ ਵਗੈਰਾ ਪੂਰਾ ਘੈਂਟ ਆ ਉਰੇ। ਖਾਲੀ ਕਰੇਗਾ ਬਾਗ ਇਹਨਾਂ ਦੇ, ਦੇਖ ਲਾ ਤੈਨੂੰ ਫੜ ਕੇ ਵੱਢਣਗੇ ਇਹ। ਪਹਿਲੀ ਵਾਰ ਆਇਆ ਹੂੰ ਮੈਂ ਯਹਾਂ ਪਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ। ਅੱਜ ਆਪਾਂ ਚੱਲੇ ਜੀ ਮਨਾਲੀ ਐਂਡ ਮਨੀਕਰਨ ਸਾਹਿਬ ਅਤੇ ਬਾਕੀ ਆਪਣਾ ਔਨ ਦਾ ਸਪੋਰਟ ਬਣੂ ਪਲੈਨ, ਠੀਕ ਆ। ਅਤੇ ਮੈਂ ਜਾਊਂਗਾ ਅਤੇ ਵਿਦ ਫੈਮਿਲੀ ਆਪਾਂ ਜਾਵਾਂਗੇ ਅਤੇ ਲਾ ਕੇ ਆਵਾਂਗੇ ਜੀ ਘੱਟੋ ਘੱਟ 3 ਕੁ ਦਿਨ। ਅਤੇ ਐਂਡ ਤੱਕ ਇੰਜੋਏ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ ਐਂਡ ਫੋਲੋ ਕਰਿਓ। ਅਤੇ ਅੱਜ ਆਪਾਂ ਜਾਵਾਂਗੇ ਜੀ ਸਕੋਰਪੀਓ ਦੇ ਵਿੱਚ ਅਤੇ ਟਾਈਮ ਹੋ ਗਿਆ ਲਗਭਗ 5:30 ਵਜੇ ਦਾ, ਠੀਕ ਆ। ਅਤੇ ਉੱਧਰ ਗੱਡੀ ਹੋ ਰਹੀ ਆਪਣੀ ਰੈਡੀ ਅਤੇ ਬਾਕੀ ਸਾਰੇ ਖੜ੍ਹੇ ਨੇ ਬਾਹਰ। ਚਲੋ ਆਪਾਂ ਚੱਲਦੇ ਹਾਂ ਸਿੱਧਾ ਮਨਾਲੀ ਨੂੰ। ਛੋਟੂ ਇਹ ਚੱਕ ਵੀਰਾ, ਲੋ ਫਿਰ ਮੈਨੂੰ ਵੀ ਅੰਦਰ ਬਿਠਾ ਲਓ, ਚੱਲੀਏ ਫਿਰ ਮਨਿਆਲੀ ਨੂੰ। ਕਿਵੇਂ ਮਿੱਤਰਾ, ਕਿਵੇਂ? ਠੀਕ ਆ। ਬਾਏ ਸਿਮਰ, ਬਾਏ ਕਰ, ਬਾਏ ਬਾਏ। ਸਤਨਾਮ ਸ਼੍ਰੀ ਵਾਹਿਗੁਰੂ। ਲਓ ਵੀ ਮਿੱਤਰੋ, ਹੁਣ ਆਪਾਂ ਪਹੁੰਚ ਗਏ ਜੀ ਹਵੇਲੀ ਅਤੇ ਇੱਧਰ ਬਾਈ ਜੀ ਵੀ ਆਏ ਨੇ ਆਪਣੇ ਨਾਲ ਅਤੇ ਆਪਣੇ ਨਾਲ ਹੀ ਜਾਣਗੇ। ਕੀ ਹਾਲ ਸਰ, ਠੀਕ ਹੋ? ਮੈਂ ਕਹਾਂ ਜੇ ਵਲੌਗ ਬਣਾ ਲਈਏ, ਠੀਕ ਠਾਕ। ਭਾਰਤਗੜ੍ਹ ਆਪਾਂ ਪਹੁੰਚ ਗਏ ਜੀ, ਇੱਧਰ ਆ ਜੀ ਹਵੇਲੀ ਅਤੇ ਕੁਛ ਖਾਣ ਪੀਣ ਆਏ ਸੀ, ਕਿਉਂਕਿ ਨਾ ਜੀ ਸਵੇਰੇ ਆਪਾਂ ਚੱਲ ਪਏ ਜੀ ਲਗਭਗ 5:30 ਵਜੇ, ਪਰ ਉਦੋਂ ਕੁਛ ਖਾਧਾ ਨਹੀਂ ਸੀਗਾ, ਪਰ ਹੁਣ ਕੁਛ ਖਾ ਪੀ ਕੇ ਚੱਲਦੇ ਹਾਂ। ਫਿਰ ਸਿੱਧਾ ਆਪਾਂ ਮਤਲਬ ਕਿ ਮਾਛੀ ਵਾੜਾ ਟੱਪ ਗਏ ਸੀਗੇ। ਅਤੇ ਲਾਈਕ ਸ਼ੇਅਰ ਐਂਡ ਫੋਲੋ ਕਰਦੇ ਰਹੋ। ਅਤੇ ਇੱਧਰ ਆਪਣੇ ਨਾਲ ਆਪਣਾ ਭਰਾ, ਆਪਣੇ ਮਾਮੇ ਦਾ ਮੁੰਡਾ ਨਿੰਦਰ। ਵੈਸੇ ਮੈਂ ਮਤਲਬ ਕਿ ਅੱਧੀਆਂ ਨਾ ਮਤਲਬ ਕਿ ਚੀਜ਼ਾਂ ਵੀ ਤਾਂ ਦਿਖਾਉਂਦਾ ਨਹੀਂ, ਉਹਦੇ ਵਿੱਚ ਨਾ ਬੇਇੱਜ਼ਤੀ ਕਾਫੀ ਹੋ ਜਾਂਦੀ ਹੈ। ਲਓ ਜੀ ਮਿੱਤਰੋ, ਆਪਾਂ ਜੀ ਹੁਣ ਪਹੁੰਚ ਗਏ ਸੀਗੇ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ, ਪਰ ਹਾਲੇ ਮਨਾਲੀ ਲਗਭਗ 125 ਕਿਲੋਮੀਟਰ ਹਾਲੇ ਪਿਆ ਗਾ। ਅਤੇ ਆਪਾਂ ਜੀ ਹੈਗੇ ਸੀਗੇ ਜੀ ਨੀਅਰ ਮੰਡੀ ਦੇ ਲਵੇ, ਅਤੇ ਜੀ ਆਪਾਂ ਕੁਛ ਖਾਣ ਪੀਣ ਰੁਕੇ ਸੀਗੇ, ਕਿਉਂਕਿ ਜੀ ਸਵੇਰ ਦਾ ਕੁਛ ਨਹੀਂ ਖਾਧਾ। ਪਹਿਲਾਂ ਖੜ੍ਹੇ ਸੀਗੇ ਪਰ ਉੱਥੇ ਖਾਣਾ ਹਾਲੇ ਬਣਿਆ ਨਹੀਂ ਸੀਗਾ, ਕਿਉਂਕਿ ਸਵੇਰ ਦਾ ਟਾਈਮ ਸੀਗਾ। ਅਤੇ ਜੀ ਹੁਣ ਲਗਭਗ 12 ਵਜੇ ਦੇ ਆਸ ਪਾਸ ਦਾ ਟਾਈਮ ਹੋ ਗਿਆ ਅਤੇ ਇੱਧਰ ਅਸੀਂ ਰੁਕੇ ਸੀਗੇ। ਇੱਧਰ ਠਾਕੁਰ ਭੋਜਨਾਲਿਆ, ਬ੍ਰੇਕਫਾਸਟ, ਲੰਚ ਐਂਡ ਡਿਨਰ। ਅਤੇ ਬਾਕੀ ਬਸ ਬਣੇ ਰਹੋ ਅਤੇ ਲਾਈਕ ਸ਼ੇਅਰ ਐਂਡ ਫੋਲੋ ਕਰਦੇ ਰਹੋ। ਅਤੇ ਆਈ ਹੋਪ ਕਿ ਵਲੌਗ ਵਧੀਆ ਹੋਊਗਾ, ਅਤੇ ਮੈਂ ਛੋਟਾ ਰੱਖੂੰਗਾ ਵਲੌਗ, ਪਰ ਹੋਊਗਾ ਪੂਰਾ ਘੈਂਟ, ਠੀਕ ਆ। ਅਤੇ ਬਣੇ ਰਹੋ ਸੈਂਡ ਤੱਕ। ਰਾਫਟਿੰਗ ਵੀ ਹੋ ਰਹੀ ਹੈ, ਰਾਫਟਿੰਗ ਵੀ ਘੈਂਟ ਹੁੰਦੀ ਯਾਰ। ਮੈਂ ਵੀ ਘੈਂਟ ਆ,
ਤੂੰ ਤਾਂ ਖੇੜੀ ਬਸ ਕੈਂਡ ਦਾ ਆ ਬੈਠਾ ਤੇ ਆ ਮੁੰਡਾ ਕੈਂਡ ਬੈਠਾ ਤੂੰ ਕਿਸ ਚੇ ਦੇ ਤੂੰ ਨੂੰ ਤੋਂ 11 ਕਿਲੋਮੀਟਰ ਹੈ ਨਾ ਕਾਰ ਵਿਆਰੀ ਬਣ ਨਾਲੀ ਵੀ 52 ਕਿਲੋਮੀਟਰ ਆ ਵਿਊ ਚੈੱਕ ਕਰੋ ਬਹੁਤ ਕੈਂਡ ਵਿਊ ਆ ਬਹੁਤ ਜ਼ਿਆਦਾ ਕੋਲੋ ਤੋਂ ਲਗਭਗ 10 ਕਿਲੋਮੀਟਰ ਪਿੱਛੇ ਹੈ ਤੇ ਮਨਾਲੀ ਤੋਂ ਘੱਟੋ ਘੱਟ 40 ਕਿਲੋਮੀਟਰ ਪਿੱਛੇ ਲਓ ਜੀ ਮਿੱਤਰੋ ਇੱਥੇ ਮਾੜਾ ਆਏ ਸੀਗੇ ਖੜਨ ਵਾਸਤੇ ਕਿਉਂਕਿ ਯਾਰ ਕੁਛ ਖਾ ਪੀ ਲਈਏ ਤੇ ਆਪਣੇ ਬੂਟ ਪਿੱਛੇ ਪੈਣ ਆ ਦੇਖੋ ਜੀ ਹਾਂ ਉੱਪਰ ਲੱਗਿਆ ਆਪਣਾ ਹਲਕਾ ਇਹਦਾ ਪਾਣੀ ਪੂਰਾ ਮਤਲਬ ਕਿ ਪੂਰਾ ਠੰਡਾ ਪਾਣੀ ਆ ਤੇ ਨਾਲੇ ਪੂਰਾ ਸਵਾਦ ਪਾਣੀ ਆ ਠੀਕ ਹੈ ਦੇਖੋ ਇੱਧਰ ਲੱਗੇ ਹੋਏ ਨੇ ਕੁਛ ਆੜੂ ਆ ਪਤਾ ਨੀ ਕੀ ਆ ਇਹ ਪਰ ਹੈਗਾ ਬਹੁਤ ਸਵਾਦ ਆੜੂ ਹੈ ਨਾ ਪੀਓ ਪੀਓ ਕੱਚੇ ਆੜੂ ਨਾ ਇੱਧਰ ਦੇਖੋ ਪਾਣੀ ਪੂਰਾ ਘੈਂਟ ਚੱਲ ਰਿਹਾ ਥੱਲੇ ਖਾਲੀ ਕਰੇਗਾ ਬਾਗ ਇਹਨਾਂ ਦੇ ਦੇਖ ਲਾ ਤੈਨੂੰ ਫੜ ਕੇ ਵੱਢਣਗੇ ਇਹ ਵੀ ਸਾਡੇ ਆੜੂ ਤੋੜੀ ਜਾਂਦਾ ਯਾਰ ਆੜੂ ਹੀ ਆ ਇਹ ਆੜੂ ਨੀ ਹੈਗਾ ਹੈ ਨਾ ਅਸਲ ਕੋਈ ਆੜੂ ਹਾਂ ਕੁਛ ਹੋਰ ਹੈ ਨਾ ਇਹ ਐਂਡ ਤੱਕ ਬਣੇ ਰਹੋ ਅਤੇ ਆਪਾਂ ਚੱਲੇ ਹਾਂ ਅਤੇ ਆਪਾਂ ਜੀ ਪਹਿਲਾਂ ਜਾਣਾ ਕਸੌਲ ਅਤੇ ਮਣੀਕਰਨ ਸਾਹਿਬ ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਮਨਾਲੀ ਤੂੰ ਅੱਖਾਂ ਬੰਦ ਕਰ ਲਾ ਹੈ ਤੂੰ ਅੱਖਾਂ ਬੰਦ ਰੱਖ ਤੂੰ ਅੱਖਾਂ ਬੰਦ ਰੱਖ ਪਹਿਲੀ ਵਾਰ ਆਇਆ ਹੂੰ ਮੈਂ ਯਹਾਂ ਪਰ ਲਓ ਜੀ ਮਿੱਤਰੋ ਹੁਣ ਆਪਾਂ ਜੀ ਪਹੁੰਚਣ ਵਾਲੇ ਜੀ ਨੀਅਰ ਕਸੌਲ ਦੇ ਲਵੇ ਤੇ ਨੀਅਰ ਮਣੀਕਰਨ ਸਾਹਿਬ ਤੇ ਦੇਖੋ ਇੱਕ ਵਾਰ ਨਾ ਤੁਸੀਂ ਵਿਊ ਚੈੱਕ ਕਰ ਲਓ ਆਪਾਂ ਨੇ ਜੀ ਨੀਅਰ ਪਹਾੜ ਦੇ ਲਵੇ ਖੜੇ ਸੀ ਇੱਧਰ ਪਤਾ ਨਹੀਂ ਕੋਈ ਨਾਕਾ ਨੂਕਾ ਲੱਗਿਆ ਇੱਧਰ ਅਤੇ ਸਾਹਮਣੇ ਜੀ ਇੱਕ ਨਦੀ ਵਗ ਰਹੀ ਹੈ ਦੇਖੋ ਬਹੁਤ ਘੈਂਟ ਲੱਗ ਰਹੀ ਹੈ ਲਓ ਜੀ ਪਾਣੀ ਚੈੱਕ ਕਰੋ ਇੱਕ ਵਾਰ ਨੂਰ ਹੈਲੋ ਕਿਆ ਬਾਤ ਵਿਊ ਆ ਵੀ ਪੂਰੀ ਘੈਂਟ ਵਿਊ ਨੇ ਪੂਰੀ ਜ਼ਿਆਦਾ ਮਤਲਬ ਕਿ ਪੂਰਾ ਉੱਕੇ ਰਿਪੋਰਟ ਆ ਪਰ ਨਾ ਮਤਲਬ ਕਿ ਰਸਤਾ ਬਿਜਲੀ ਖਰਾਬ ਵੀ ਹੈਗਾ ਅਤੇ ਵਧੀਆ ਵੀ ਹੈਗਾ ਕਿਉਂਕਿ ਨਾ ਜੀ ਰੋਡ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸਾਰਾ ਕੁਛ ਮਤਲਬ ਕਿ ਮਿਕਸ ਹੈਗਾ ਹੁਣ ਲੜੋ ਚੱਲ ਨਦੀ ਹੈ ਥੱਲੋਂ ਆਉਂਦੀ ਆ ਨਦੀ ਦੇ ਨਾਲ ਨਾਲ ਉੱਪਰ ਚੜ੍ਹਾਈ ਚੜ੍ਹ ਕੇ ਕੁਛ ਵੀ ਨਹੀਂ ਟ੍ਰੈਡਮਿਲ ਤੇ 20 ਵਾਲੀ ਲਾ ਕੇ ਚੜ੍ਹਦਾ ਹੁੰਦਾ ਗੱਡੀ ਦੇਖ ਲਾ ਜਮੀ ਮਗਰ ਟੇਢੀ ਖੜੀ ਆ ਪੂਰੀ ਮਤਲਬ ਮੂਹਰੋਂ ਐਵੇਂ ਆ ਐਵੇਂ ਆ ਗੱਡੀ ਐਵੇਂ ਦੇਖਣ ਦਾ ਰਸਤਾ ਖਤਰਨਾਕ ਇੱਕ ਵਾਰ ਪਿੱਛੇ ਵੀ ਚੈੱਕ ਕਰੋ ਪਿੱਛੇ ਵੀ ਜਾਮ ਲੱਗਿਆ ਉਹ ਦੇਖੋ ਉਹ ਪਿੱਛੇ ਤੱਕ ਮੈਂ ਜੂਮ ਕਰਾਂ
ਜੀਸੀਬੀ ਲੱਗੇ ਹੋਏ ਨੇ। ਉਹ ਦੇਖੋ ਗੱਡੀ ਮਿੱਟੀ ਚ ਲਓ ਜੀ ਮਿੱਤਰੋ ਚੈੱਕ ਕਰੋ, ਇਹ ਹੈ ਜੀ ਕਸੌਲ। ਕਸੌਲ ਵੀ ਬਹੁਤ ਜ਼ਿਆਦਾ ਵਧੀਆ ਬਣਿਆ ਹੈ, ਬਾਕੀ ਪਾਣੀ ਵਗੈਰਾ, ਬਾਕੀ ਟੈਂਪਰੇਚਰ ਹੋ ਗਿਆ ਅਤੇ ਮਾਹੌਲ ਵਗੈਰਾ ਪੂਰਾ ਘੈਂਟ ਆ ਉਰੇ, ਅਤੇ ਬਹੁਤ ਜ਼ਿਆਦਾ ਵਧੀਆ। ਕੂੜਾ ਅੰਦਰ ਜਦੋਂ ਨਾ ਆਪਾਂ ਕਿਤੇ ਪਹੁੰਚ ਕੇ ਡਸਟਬਿਨ 'ਚ ਪਾਵਾਂਗੇ, ਠੀਕ ਆ, ਇਹਦੇ ਵਿੱਚ ਪਾ ਦੇ, ਇਹ 'ਚ ਪਾ ਦੇ, ਇਹ 'ਚ ਪਾ ਦੇ। ਹਾਂ ਲਓ ਜੀ ਮਿੱਤਰੋ, ਆਪਣੇ ਸਾਹਮਣੇ ਜੀ ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ, ਅਤੇ ਜੀ ਆਪਣੀ ਅੱਜ ਸਟੇ ਇੱਥੇ ਹੈਗੀ ਅਤੇ ਕਸੌਲ ਦੇ ਨੇੜੇ ਪੈਂਦਾ। ਘੈਂਟ ਆ ਯਾਰ, ਬਹੁਤ ਜ਼ਿਆਦਾ ਵਧੀਆ। ਲਓ ਜੀ ਕਰੋ ਚੈੱਕ, ਅਤੇ ਜੀ ਥੱਲੋਂ ਦੀ ਪਾਣੀ ਵਗਦਾ ਇੱਧਰ, ਆਹ ਦੇਖੋ ਵੀ ਪਾਣੀ ਬਹੁਤ ਜ਼ਿਆਦਾ ਫਾਸਟ ਆ। ਗੁਰਦੁਆਰਾ ਸ਼੍ਰੀ ਮਨੀਕਰਨ ਸਾਹਿਬ, ਇੱਧਰ ਜੀ ਆਪਣਾ ਕਮਰਾ ਗੁਰਦੁਆਰਾ ਸਾਹਿਬ ਦੇ ਵਿੱਚ ਹੀ, ਅਤੇ ਜੀ ਇੱਧਰ ਤੁਸੀਂ ਇੱਕ ਵਾਰ ਨਾ ਮਾਹੌਲ ਚੈੱਕ ਕਰ ਸਕਦੇ ਹੋ, ਮਤਲਬ ਕਿ ਵੀਰੇ ਬਹੁਤ ਜ਼ਿਆਦਾ ਵਧੀਆ, ਬਹੁਤ ਜ਼ਿਆਦਾ ਯਾਰ, ਵੀ ਦੇਖੋ ਯਾਰ ਡਰ ਲੱਗਦਾ ਵੈਸੇ ਹੁਣ, ਪਰ ਚੀਜ਼ ਬਹੁਤ ਘੈਂਟ ਆ। ਉਸ ਸਾਹਮਣੇ ਪਹਾੜ ਪਿਆ ਨਾ, ਉਹ ਵੀ ਘੈਂਟ ਲੱਗਦਾ ਪੂਰਾ, ਉਹਦੇ ਨਾਲ ਮਤਲਬ ਕਿ ਵਿੱਚ ਵੱਜ ਕੇ ਪੱਥਰ ਦੇ ਨਾ ਪਾਣੀ, ਉਹ ਅੱਗੇ ਜਾ ਰਿਹਾ ਉਹਦੇ, ਇੱਧਰ ਮੁੰਡਾ ਲੱਗ ਗਿਆ ਫੋਟੋ ਖਿੱਚਣ, ਅਤੇ ਜੀ ਬਹੁਤ ਜ਼ਿਆਦਾ ਲੋਕਾਂ ਦਾ ਯਾਰ ਮਤਲਬ ਕਿ ਉਹ ਗੰਦਗੀ ਬਹੁਤ ਪਾਉਣੀ, ਦੇਖੋ ਗੰਦਗੀ ਮਤਲਬ ਕਿ ਨਾ ਲੋਕ ਵਿੱਚ ਹੀ ਗਏ ਸੀ, ਪਰ ਇਹ ਰੇਟ ਵੀ ਬਹੁਤ ਘੱਟ ਆ। ਲਓ ਜੀ ਮਿੱਤਰੋ, ਹੋਰ ਗੱਲਾਂ ਦੀਆਂ ਗੱਲਾਂ ਪਰ ਨਾ ਇੱਥੇ ਜੀ ਮੌਸਮ ਬਹੁਤ ਜ਼ਿਆਦਾ ਠੰਡਾ ਵੀਰੇ, ਮੌਸਮ ਪੂਰਾ ਠੰਡਾ ਨਾ ਉਰੇ, ਠੰਡ ਲੱਗ ਰਹੀ ਹੈ ਪੂਰਾ ਘੈਂਟ ਹੈ। ਟੈਂਪਰੇਚਰ ਇੱਥੇ ਰਹੇਗਾ ਜੀ 22 ਡਿਗਰੀ 22 ਡਿਗਰੀ, ਮਣੀਕਰਨ ਸਾਹਿਬ ਪੂਰਾ ਮਤਲਬ ਠੰਡਾ ਮੌਸਮ, ਠੰਡਾ ਮੌਸਮ ਪੜਾ ਲੱਗ ਰਿਹਾ। ਇਹਦੇ ਵਿੱਚ ਰੱਖੇ ਹੋਏ ਨੇ ਮਿੱਤਰੋ ਚਾਵਲ ਰੱਖੇ ਹੋਏ ਨੇ, ਇਹ ਮਤਲਬ ਕਿ ਬਣਦੇ ਨੇ, ਇੱਕ ਨਾ ਮਤਲਬ ਕਿ ਘੜਾ ਗਾ, ਘੜੇ ਦੇ ਆਸੇ ਪਾਸੇ ਬੋਰੀ ਬੰਨ ਕੇ ਵਿੱਚ ਚਾਵਲ ਪਾ ਕੇ ਫਿਰ ਰੱਖੇ ਹੋਏ ਨੇ। ਦੇਖੋ ਪਾਣੀ ਪੂਰਾ ਉੱਭਰ ਰਿਹਾ, ਨੈਚੁਰਲ ਪਾਣੀ ਹੈ ਨਾ, ਨੈਚੁਰਲ ਪਾਣੀ ਗਰਮ ਪਾਣੀ ਦਾ ਚਸ਼ਮੇ ਨਹੀਂ, ਜਿਹੜੇ ਜਵਾਲਾਮੁਖੀ ਕਰਕੇ ਹੁੰਦਾ ਨਾ, ਇੱਕ ਆਹ ਜਿਹੜੇ ਵਿੱਚ ਰੱਖੇ ਨੇ ਪਾਣੀ ਬਹੁਤ ਜ਼ਿਆਦਾ ਫਸਟ ਆ, ਬਹੁਤ ਜ਼ਿਆਦਾ
ਮੀਂਹ ਦੇਖੋ ਪਾਣੀ ਤੁਸੀਂ ਚੈੱਕ ਕਰਦੇ ਪਾਣੀ ਬਹੁਤ ਜ਼ਿਆਦਾ ਫਾਸਟ ਆ ਅਤੇ ਜੀ ਬਾਕੀ ਜੀ ਮੀਂਹ ਵੀ ਆ ਰਿਹਾ ਉੱਪਰ ਦੀ ਤੇਰੀ ਬਹੁਤ ਗਰਮ ਪਾਣੀ ਆ ਬਾਬਾ ਮੈਂ ਤੁਹਾਨੂੰ ਕਹਿਣ ਕਿੰਨਾ ਗਰਮ ਪਾਣੀ ਆ ਬਹੁਤ ਗਰਮ ਆ ਚਸ਼ਮੇ ਨੇ ਇੱਥੇ ਗਰਮ ਪਾਣੀ ਦੇ ਅਤੇ ਉਹਦੇ ਨਾਲ ਪਾਣੀ ਗਰਮ ਹੁੰਦਾ ਬਹੁਤ ਜ਼ਿਆਦਾ ਅਤੇ ਜੀ ਆਪਣਾ ਰੂਮ ਸਾਹਮਣੇ ਹੈਗਾ ਅਤੇ ਆਪਾਂ ਚੱਲ ਦਿਆਂਗੇ ਅਤੇ ਆਪਾਂ ਉਹ ਤੇਰੀ ਗਰਮ ਪਾਣੀ ਕਿੰਨਾ ਇੱਧਰ ਵੀ ਗਰਮ ਮਿੱਤਰੋ ਮਿਲਦੇ ਜੀ ਆਪਾਂ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਅਤੇ ਲਾਈਕ ਸ਼ੇਅਰ ਐਂਡ ਫੋਲੋ ਕਰ ਲਿਓ